ਹਫਤੇ ਪਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਹਾਜ਼ਰ ਸਾਸਰੇ ਕਾਲ ਜੀ ਮੈਂ ਹਾਂ ਬਰਨ ਕਾਰਮਾਂ ਤੁਸ ਦਿਖਰੇਓ ਪੰਜਾਬ ਮੇਲ ਯੂ ਐਸ ਏ ਟੀ ਵੀ ਵੀਕਲੀ ਇਮੀਗ੍ਰੇਸ਼ਨ ਅਪਡੇਟ ਅਫਗਾਨ ਵਿਦਿਆਰਥੀ ਵੀਜ਼ੇ ਲਈ ਤਾਜ਼ਾ ਅਰਜ਼ੀਆਂ ਹੀ ਜਾਣਗੀਆਂ ਵਾਚੀਆਂ ਗੁਜਰਾਤ ਦੇ ਵਾਸੀ ਹਨ ਅਮਰੀਕੀ ਸਰਹੱਦ ਤੇ ਫੜੇ ਗਏ 6 ਭਾਰਤੀ ਨੌਜਵਾਨ ਭਾਰਤੀ ਨਰਸਾਂ ਦੀ ਦੁਨੀਆ ਪਾਰ ਵਿੱਚ ਮੰਗ 4 ਤੋਂ 5 ਹਜ਼ਾਰਾਂ ਅਮਰੀਕੀ ਡਾਲਰ ਵਿੱਚ ਮਿਲਦੀ ਸ਼ੁਰੂਆਤੀ ਤਨਖਾਹ ਸਰਵਿਸ ਕੈਨੇਡਾ ਕੋਲ ਮਾਰਚ ਅਪ੍ਰੈਲ ਦੌਰਾਨ ਆਈਆਂ 5 ਲੱਖ ਪਾਸਪੋਰਟਰਸ ਦੀਆਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦੀ ਗਿਣਤੀ 20 ਲੱਖ ਤੋਂ ਵੱਧ ਵਧੀ ਕੈਨੇਡਾ ਵਿੱਚ ਕੱਚੇ ਵਿਦੇਸ਼ੀ ਕੰਮੇ ਜਲਦ ਹੋ ਸਕਤੇ ਨੇ ਪੱਕੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਜਲਦ ਸ਼ੁਰੂ ਹੋ ਸਕਦੀ ਹੈ ਸਿੱਧੀ ਫਲਾਈਟ ਕੈਨੇਡਾ 에ਅਰਲਾਈਨ ਕਿਰਾਏ ਵਿੱਚ ਕਰ ਸਕਦੀ ਹੈ ਵਾਦਾ ਆਮ ਲੋਕਾਂ ਲਈ ਵੱਡੀ ਹੋਈ ਮੁਸੀਬਤ ਜੈਟ ایرਵੇਜ਼ ਨੂੰ ਮਿਲੀ ਸੁਰੱਖਿਆ ਮਨਜ਼ੂਰੀ ਅਗਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਕਰੇਗੀ ਵਪਾਰਕ ਉਡਾਣ ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ 31 ਜੁਲਾਈ ਤੋਂ ਹਰੇਕ ਵੀਜ਼ਾ ਧਾਰਕਾਂ ਲਈ ਖੁੱਲਣਗੀਆਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਦੋ ਬੱਚੇ ਦਰਿਆ ਵਿੱਚ ਡੁੱਬੇ ਇੱਕ ਦੀ ਲਾਸ਼ ਬਰਾਮਦ ਅਮਰੀਕਾ ਪਿਓਰੋਟੋ ਰੀਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਹੋਈ ਮੌਤ ਤੁਸੀਂ ਦੇਖ ਰਹੇ ਹੋ ਵੀਕਲੀ ਮigration ਅਪਡੇਟ ਅਮਰੀਕੀ ਦੂਤਕਰਦੇ ਵੀਜ਼ਾ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਡੋਨਾਲਡ ਹੈਫਲਨ ਨੇ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ F1 ਵੀਜ਼ਾ ਪਹਿਲਾਂ ਰੱਦ ਹੋ ਚੁੱਕਾ ਹੈ ਉਹਨਾਂ ਨੂੰ ਗਰਮੀਆਂ ਦੇ ਸੀਜ਼ਨ ਵਿੱਚ ਵਿਦਿਆਰਥੀ ਵੀਜ਼ੇ ਦੀਆਂ ਅਰਜ਼ੀਆਂ ਖੁੱਲਣ ਤੇ ਮੌਕਾ ਨੇ ਮਿਲੇਗਾ ਦਿੱਲੀ ਵਿਖੇ ਅਮਰੀਕੀ ਕੌਂਸਲੇਟ ਜਨਰਲ ਵਿਖੇ ਵੀਡੀਓ ਗੱਲਬਾਤ ਦੌਰਾਨ ਹੈਫਲੈਂਡ ਨੇ ਕਿਹਾ ਕਿ ਇਸ ਵਾਰ ਗਰਮੀਆਂ ਦੇ ਸੀਜ਼ਨ ਵਿੱਚ ਵਿਦਿਆਰਥੀ ਵੀਜ਼ਾ ਜੂਨ ਤੇ ਜੁਲਾਈ ਦੇ ਪਹਿਲੇ ਅਧ ਵਿੱਚ ਖੁੱਲ੍ਹੇਗਾ ਹੈਫਲੈਂਡ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਸੀਜ਼ਨ ਦੌਰਾਨ ਕੇਵਲ ਤਾਜ਼ਾ ਅਰਜ਼ੀਆਂ ਹੀ ਵਾਚੀਆਂ ਜਾਣ ਇਹਨਾਂ ਵਿੱਚੋਂ ਸ਼ਾਮਲ ਹਨ ਜਿਨ੍ਹਾਂ ਪਹਿਲਾਂ ਕਦੇ ਅਪਲਾਈ ਨਹੀਂ ਕੀਤਾ ਜਿਹੜੇ ਵਿਦਿਆਰਥੀਆਂ ਨੇ ਹਾਲ ਹੀ ਹਾਈ ਸਕੂਲ ਦੀ ਪੜਾਈ ਪੂਰੀ ਕੀਤੀ ਹੈ ਤੇ ਗ੍ਰੈਜੂਏਸ਼ਨ ਦੀ ਪੜਾਈ ਲਈ ਜਾਣਾ ਚਾਹੁੰਦੇ ਨੇ ਜਾਂ ਉਹ ਵਿਦਿਆਰਥੀ ਜਿਨ੍ਹਾਂ ਹਾਲ ਹੀ ਵਿੱਚ ਗ੍ਰੈਜੂਏਸ਼ਨ ਪੂਰੀ ਕਰਕੇ ਤੇ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਵਿਦਿਆਰਥੀ ਵੀਜ਼ੇ ਖੋਲਣ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਮੌਕਾ ਨਹੀਂ ਮਿਲੇਗਾ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਰੱਦ ਹੋ ਚੁੱਕੀਆਂ ਨੇ ਬੀਤੇ ਦਿਨ ਕੈਨੇਡਾ ਵੱਲੋਂ ਅਮਰੀਕਾ ਵਿੱਚ ਦਾਖਲ ਹੋਣ ਲੱਗਿਆਂ ਗ੍ਰਿਫਤਾਰ ਕੀਤੇ ਗਏ 6 ਭਾਰਤੀ ਨੌਜਵਾਨ ਗੁਜਰਾਤ ਦੇ ਵਾਸੀ ਨੇ ਜਿਨ੍ਹਾਂ ਨਾਲ ਪਹਿਲਾਂ ਮਾਰੇ ਗਏ ਪਟੇਲ ਪਰਿਵਾਰ ਦੀ ਤਰ੍ਹਾਂ ਮਾੜਾ ਹਾਦਸਾ ਵਾਪਰਿਆ ਸੀ ਪਰ ਸਮਰਿਆਂਦਿਆਂ ਡੁੱਬਦੀ ਹੋਈ ਕਿਸ਼ਤੀ ਵਿੱਚੋਂ ਬਾਰਡਰ ਏਜੰਟਾਂ ਨੇ ਉਹਨਾਂ ਨੂੰ ਬਚਾ ਲਿਆ ਇਸ ਤਾਰ 16 ਜਨਵਰੀ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ ਇਸ ਦੌਰਾਨ ਨਜਾਇਜ਼ ਟੰਗ ਨਾਲ ਵਿਦੇਸ਼ ਜਾ ਰਹੇ ਗੁਜਰਾਤ ਦੇ ਪਟੇਲ ਪਰਿਵਾਰ ਨੇ ਕੈਨੇਡਾ ਸਰਹੱਦ ਤੇ برفੀਲੇ ਤੂਫਾਨ ਕਾਰਨ ਦਮ ਤੋੜ ਦਿੱਤਾ ਸੀ ਇਸੇ ਤਰ੍ਹਾਂ ਹੁਣ ਗੁਜਰਾਤ ਦੇ ਹੀ ਵਾਸੀ 6 ਹੋਰ ਨੌਜਵਾਨ ਨਜਾਇਜ਼ ਢੰਗ ਨਾਲ ਅਮਰੀਕਾ ਜਾ ਰਹੇ ਸੀ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਜੇਕਰ ਅਮਰੀਕਾ ਦੇ ਬਾਰਡਰ ਅਧਿਕਾਰੀ ਉਹਨਾਂ ਨੂੰ ਨਾ ਬਚਾਉਂਦੇ ਉਹਨਾਂ ਨੂੰ ਨਜਾਇਜ਼ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਦੀ ਕਿਸ਼ਤੀ ਡੁੱਬਣ ਲੱਗੀ ਪਰ ਅਮਰੀਕਾ ਦੇ ਬਾਰਡਰ ਤੇ ਤਾਇਨਾਤ ਅਧਿਕਾਰੀਆਂ ਨੇ ਉਹਨਾਂ ਦੀ ਜਾਨ ਬਚਾ ਲਈ ਭਾਰਤੀ ਨਰਸਾਂ ਦੀ ਪੂਰੀ ਦੁਨੀਆ ਵਿੱਚ ਮੰਗ ਹੈ ਤੇ ਇਸ ਦਾ ਮੁੱਖ ਕਾਰਨ ਉਹਨਾਂ ਦੀ ਮਿਹਨਤ ਹੈ। ਸੌਫਟਵੇਅਰ ਇੰਜੀਨੀਅਰਾਂ ਤੋਂ ਬਾਅਦ ਭਾਰਤੀ ਨਰਸਾਂ ਹੀ ਨੇ ਜਿਨ੍ਹਾਂ ਦੀ ਅਮਰੀਕਾ ਵਿੱਚ ਸਭ ਤੋਂ ਵੱਧ ਮੰਗ ਹੈ। ਇੱਕ ਅੰਦਾਜ਼ੇ ਦੇ ਮੁਤਾਬਕ ਅਗਲੇ 20 ਸਾਲਾਂ ਦੌਰਾਨ ਹਰ ਸਾਲ 20 ਹਜ਼ਾਰ ਨਰਸਾਂ ਦੀ ਲੋੜ ਪੈਗੀ। ਦੁਨੀਆ ਭਰ ਵਿੱਚ ਇੱਕ ਉੱਤਮ ਪੇਸ਼ੇ ਵਜੋਂ ਜਾਣਿਆ ਜਾਣ ਵਾਲਾ ਇਹ ਪ੍ਰੋਫੈਸ਼ਨ ਟੀਰਜ ਨਾਲ ਸੇਵਾ ਸਮਰਪਣ ਦੀ ਮੰਗ ਕਰਦਾ ਹੈ। ਸਾਫਟਵੇਅਰ ਇੰਜੀਨੀਅਰ ਤੋਂ ਬਾਅਦ ਭਾਰਤੀ ਨਰਸਾਂ ਹੀ ਨੇ ਜਿਨ੍ਹਾਂ ਦੀ ਅਮਰੀਕਾ ਵਿੱਚ ਭਾਰੀ ਮੰਗ ਹੈ ਅਮਰੀਕਾ ਵਿੱਚ ਭਾਰਤੀ ਨਰਸਾਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਕੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 4 ਤੋਂ 5000 ਡਾਲਰ ਦੀ ਤਨਖਾਹ ਤੋਂ ਇਲਾਵਾ ਭਾਰਤੀ ਨਰਸਾਂ ਨੂੰ ਤੁਰੰਤ ਅਮਰੀਕਾ ਦਾ ਵੀਜ਼ਾ ਆਦ ਮਿਲ ਜਾਂਦਾ ਹੈ ਤੇ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਾਣ ਦੀ ਆਗਿਆ ਵੀ ਮਿਲ ਜਾਂਦੀ ਹੈ ਭਾਰਤੀ ਨਰਸਾਂ ਦੀ ਵਿਸ਼ਵ ਪੱਧਰ ਵਿੱਚ ਮੰਗ ਦਾ ਇੱਕ ਕਾਰਨ ਉਹਨਾਂ ਦੀ ਸਖਤ ਮਿਹਨਤ ਹੈ ਉਹਨਾਂ ਕੋਲ ਅਮਰੀਕੀ ਨਰਸਾਂ ਨਾਲੋਂ ਵੀ ਜ਼ਿਆਦਾ ਸਥਿਰਤਾ ਹੈ ਇਹਨਾਂ ਗੁਣਾ ਲਈ ਹੀ ਨੈਸ਼ਨਲ ਕੌਂਸਲਸ ਲਾਇਸੈਂਸ ਐਗਜ਼ਾਮੀਨੇਸ਼ਨ ਫਾਰ ਰਜਿਸਟਰਡ ਮੈਸੇਜ ਲੈਂਡ ਤੇ ਟ੍ਰੇਨਿੰਗ ਤੇ ਟੈਸਟ ਆਫ ਸਪੋਕਨ ਇੰਗਲਿਸ਼ ਤੇ ਟੂਫੇਲ ਆਦ ਪਾਸ ਕਰਨ ਲਈ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਰਸਿੰਗ ਦਾ ਕੰਮ ਵਿਭਿੰਨਤਾ ਨਾਲ ਭਰਪੂਰ ਹੈ ਤੇ ਇਸ ਦੇ ਨਾਲ ਕਈ ਤਰ੍ਹਾਂ ਦੇ ਕੰਮ ਤੇ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ। ਨਰਸਾਂ ਦੇ ਕੰਮ ਤੇ ਜ਼ਿੰਮੇਵਾਰੀਆਂ, ਕੰਮ ਦਾ ਮਾਹੌਲ ਤੇ ਯੋਗਤਾ ਦੇ ਪੱਧਰ ਦੇ ਨਾਲ ਨਾਲ ਬਦਲਦੀਆਂ ਨੇ। ਨਰਸਾਂ ਨੂੰ ਸ਼ੁਰੂਆਤੀ ਪੱਧਰ ਤੇ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ ਜਦਕਿ ਸੀਨੀਅਰ ਪੱਧਰ ਤੇ ਨਰਸਾਂ ਨੂੰ ਮਨੋਰੋਗੀਆਂ, ਬੱਚਿਆਂ, ਆਈਸੀਯੂ ਦੇ ਮਰੀਜ਼ਾਂ ਦੀ ਦੇਖਭਾਲ ਕਰਨੀ ਪੈਂਦੀ ਹੈ। ਇਸ ਲਈ ਵਿਸ਼ੇਸ਼ ਹੁਨਰ ਦੀ ਲੋੜ ਹੁੰਦੀ ਹੈ। ਤੋ ਇਲਾਵਾ ਨਰਸਿੰਗ ਸਟਾਫ ਦਵਾਈਆਂ ਵੰਡਣ ਮਰੀਜ਼ਾਂ ਦੀਆਂ ਰਿਪੋਰਟਾਂ ਨੂੰ ਅਪਡੇਟ ਕਰਨ ਮੈਡੀਕਲ ਉਪਕਰਣ ਲਗਾਉਣ ਪ੍ਰਸ਼ਾਸਨਿਕ ਤੇ ਹੋਰ ਬਹੁਤ ਸਾਰੇ ਰੁਟੀਨ ਕੰਮ ਵੀ ਕਰਦੇ ਨੇ ਦੇਸ਼ ਦੇ ਵੱਖ-ਵੱਖ ਸੰਸਥਾਾਂ ਮਾ ਨਰਸਿੰਗ ਅਤੇ ਮਿਡਵਾਈਫਰੀ ਤੇ ਡਿਪਲੋਮਾ ਡਿਗਰੀ ਤੇ ਪੋਸਟ ਗ੍ਰੈਜੂਏਟ ਕੋਰਸ ਕਰਵਾਉਂਦੀਆਂ ਨੇ ਇਸ ਦੇ ਲਈ ਘੱਟੋ-ਘੱਟ 12ਵੀਂ ਬਾਇਓਲੋਜੀ, ਫਿਜ਼ਿਕਸ ਅਤੇ ਕੈਮਿਸਟਰੀ ਵਿਸ਼ਿਆਂ ਨਾਲ ਪਾਸ ਕਰਨਾ ਜ਼ਰੂਰੀ ਹੈ ਨਰਸਿੰਗ ਦੇ ਖੇਤਰ ਵਿੱਚ ਜਾਣ ਵਾਲਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਚਾਹੀਦਾ ਹੈ ਬੀਐਸਸੀ ਦੀ ਮਿਆਦ 3 ਤੋਂ 4 ਸਾਲ ਐਮਐਸਸੀ 2 ਸਾਲ ਜਰਨਲ ਨਰਸਿੰਗ ਅਤੇ ਮਿਡਵਾਈਫਰੀ 3.5 ਸਾਲ ਹੈ ਆਕਸਿਲਰੀ ਨਰਸ ਵਿਦ ਵਾਈਫਾਈ ਕੋਰਸ ਦੀ ਮਿਆਦ 10 ਮਹੀਨੇ ਹੈ ਨਰਸਾਂ ਨੂੰ ਮਿਲਣ ਵਾਲੀ ਆਮਦਨ ਉਹਨਾਂ ਦੇ ਸੀਨੀਅਰਟੀ ਦੇ ਆਧਾਰ ਤੇ ਘੱਟ ਜਾਂ ਵੱਧ ਹੁੰਦੀ ਹੈ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੀਆਂ ਨਰਸਾਂ ਨੂੰ 10 ਤੋਂ 15 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਮਿਲਟਰੀ ਸੇਵਾ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਇਹਨਾਂ ਨਾਲੋਂ ਵੱਧ ਤਨਖਾਹ ਮਿਲਦੀ ਹੈ ਪ੍ਰਾਈਵੇਟ ਹਸਪਤਾਲਾਂ 'ਚ ਕੰਮ ਕਰਦੀਆਂ ਨਰਸਾਂ ਨੂੰ ਦਿਹਾੜੀ ਮੁਤਾਬਕ ਤਨਖਾਹ ਦਿੱਤੀ ਜਾਂਦੀ ਹੈ ਜਦਕਿ ਨਾਮਵਾਰ ਨਰਸਿੰਗ ਹੋਮਸ ਵੱਲੋਂ ਉਹਨਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜੇਕਰ ਵਿਦੇਸ਼ ਵਿੱਚ ਨਰਸ ਦੀ ਨੌਕਰੀ ਦਾ ਮੌਕਾ ਹੈ ਤਾਂ ਸ਼ੁਰੂਆਤੀ ਤਨਖਾਹ 40 ਤੋਂ 50 ਹਜ਼ਾਰ ਡਾਲਰ ਹੈ ਕੈਨੇਡਾ ਵਿੱਚ ਚੱਲ ਰਹੇ ਪਾਸਪੋਰਟ ਸੰਕਟ ਦਰਮਿਆਨ ਫੈਡਰਲ ਸਰਕਾਰ ਨੇ ਦੱਸਿਆ ਹੈ ਕਿ ਮਾਰਚ ਅਤੇ ਅਪ੍ਰੈਲ ਦੌਰਾਨ 5 ਲੱਖ ਲੋਕਾਂ ਨੇ ਅਰਜ਼ੀਆਂ ਦਾਇਰ ਕੀਤੀਆਂ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੇ ਕਿਹਾ ਕਿ ਵਧਦੀ ਮੰਗ ਨਾਲ ਨਜਿੱਠਣ ਲਈ 590 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਪਾਸਪੋਰਟ ਦੀ ਮੰਗ ਇੰਨੀ ਜ਼ਿਆਦਾ ਵਧਣ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਹਾਮਾਰੀ ਸ਼ੁਰੂ ਹੋਣ ਮਗਰੋਂ ਇੱਕ ਵਾਰ ਵੀ ਵਿਦੇਸ਼ ਨਹੀਂ ਗਏ ਪਰ ਹੁਣ ਸ਼ਹਿਰ ਸਪਾਟਾ ਕਰਨਾ ਚਾਹੁੰਦੇ ਹਨ ਦੁਨੀਆ ਭਰ ਦੇ ਲੋਕਾਂ ਲਈ ਕੈਨੇਡਾ ਪ੍ਰਤੀ ਖਿੱਚ ਬਰਕਰਾਰ ਹੈ ਅਤੇ ਵੱਖ-ਵੱਖ ਇਮੀਗ੍ਰੇਸ਼ਨ ਅਤੇ ਵੀਜ਼ਾ ਕੈਟਾਗਰੀਆਂ ਵਿੱਚ ਲੋਕ ਲਗਾਤਾਰ ਅਪਲਾਈ ਕਰ ਰਹੇ ਹਨ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਬੀਤੇ ਲਗਭਗ 10 ਮਹੀਨਿਆਂ ਦੌਰਾਨ 6 ਲੱਖ ਦੇ ਕਰੀਬ ਹੋਰ ਲੋਕਾਂ ਨੇ ਅਰਜ਼ੀਆਂ ਦਾਖਲ ਕੀਤੀਆਂ ਨੇ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਹੁਣ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ 20 ਲੱਖ ਤੋਂ ਵੱਧ ਚੁੱਕੀ ਹੈ 6 ਜੁਲਾਈ 2021 ਵਿੱਚ ਇਹ ਗਿਣਤੀ 14 ਲੱਖ ਸੀ ਪਿਛਲੇ 2 ਮਹੀਨਿਆਂ ਵਿੱਚ ਸਭ ਤੋਂ ਵੱਧ ਸਟੱਡੀ ਤੇ ਵਰਕ ਪਰਮਿਟ ਅਤੇ ਸਰਲੀ ਵੀਜ਼ਾ ਜਾਂ ਪਰਿਵਾਰਾਂ ਵੱਲੋਂ ਸੁਪਰ ਵੀਜ਼ਾ ਸਪਲਾਈ ਕੀਤੇ ਗਏ ਸਨ ਅਤੇ ਇਸ ਆਰਜੀ ਵੀਜ਼ਾ ਵਰਗ ਵਿੱਚ ਇਸ ਸਮੇਂ 11 ਲੱਖ ਅਰਧੀਆਂ ਵਿਚਾਰ ਅਧੀਨ ਨੇ ਸਹਿਰ ਜਾਂ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਦੇ ਵੀਜ਼ਾ ਲਈ ਇਸ ਸਮੇਂ ਵਿਭਾਗ ਕੋਲ 558000 ਤੋਂ ਵੱਧ ਅਰਜ਼ੀਆਂ ਪਾਈਆਂ ਨੇ ਅਤੇ ਸਟੱਡੀ ਪਰਮਿਟ ਦੀਆਂ 122000 ਤੋਂ ਵੱਧ ਅਰਜ਼ੀਆਂ ਦਾਖਲ ਨੇ ਇਸ ਦੌਰਾਨ ਯੂਕਰੇਨ ਵਿੱਚ ਜੰਗ ਤੋਂ ਬਚ ਕੇ ਕੈਨੇਡਾ ਪਹੁੰਚਣ ਦੇ ਚਾਹਵਾਨ ਲੋਕਾਂ ਦੇ ਵਿਸ਼ੇਸ਼ ਪ੍ਰੋਗਰਾਮ ਤਹਿਤ 75000 ਦੇ ਕਰੀਬ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਐਕਸਪ੍ਰੈਸ ਐਂਟਰੀ ਵਿੱਚ ਸਕਿਲਡ ਵਰਕਰਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ 236000 ਤੋਂ ਵੱਧ ਲੋਕਾਂ ਨੇ ਆਪਣੇ ਪ੍ਰੋਫਾਈਲ ਦਾਖਲ ਕੀਤੇ ਹੋਏ ਨੇ ਅਤੇ ਉਹਨਾਂ ਨੂੰ ਜੁਲਾਈ ਵਿੱਚ ਡਰਾਅ ਸ਼ੁਰੂ ਹੋਣ ਦਾ ਇੰਤਜ਼ਾਰ ਹੈ ਫੈਮਿਲੀ ਕਲਾਸ ਵਿੱਚ 1,70,000 ਦੇ ਕਰੀਬ ਅਰਜ਼ੀਆਂ ਜਮ੍ਹਾਂ ਨੇ ਜਿਨ੍ਹਾਂ ਵਿੱਚੋਂ ਪਤੀ ਜਾਂ ਪਤਨੀ ਅਤੇ ਉਹਨਾਂ ਦੇ ਬੱਚਿਆਂ ਦੀਆਂ ਅਰਜ਼ੀਆਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਂਦਾ ਹੈ ਪਿਤੇ ਸਮੇਂ ਵਿੱਚ ਜਿਨ੍ਹਾਂ skilled workers ਨੂੰ ਪੱਕੇ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਅਜੇ 36000 ਦੇ ਕਰੀਬ ਅਰਜ਼ੀਆਂ ਦਾ ਨਿਪਟਾਰਾ ਹੋਣਾ ਬਾਕੀ ਹੈ ਇਸ ਤਰ੍ਹਾਂ ਪੱਕੇ ਇਮੀਗ੍ਰੇਸ਼ਨ ਲਈ CEC ਵਿੱਚ 8300 ਅਰਜ਼ੀਆਂ ਵਿਚਾਰ ਅਧੀਨ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਅਰਜ਼ੀਆਂ ਦਾ ਨਿਪਟਾਰਾ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਿਹਾ ਹੈ ਅਤੇ 2 ਮਹੀਨਿਆਂ ਬਾਅਦ ਨਵੀਆਂ ਅਰਜ਼ੀਆਂ ਪ੍ਰਾਪਤ ਕਰਨ ਲਈ ਐਕਸਪ੍ਰੈਸ ਐਂਟਰੀ ਦੇ ਡਰਾਅ ਦੁਬਾਰਾ ਸ਼ੁਰੂ ਕਰ ਦਿੱਤੇ ਜਾਣਗੇ ਕੈਨੇਡਾ ਚ ਪੱਕੇ ਹੋਣ ਦੀ ਉਡੀਕ ਵਿੱਚ ਬੈਠੇ ਕੱਚੇ ਵਿਦੇਸ਼ੀ ਕਾਮਿਆਂ ਦੀਆਂ ਆਸਾਂ ਨੂੰ ਜਲਦ ਬੂਰ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਕਾਮਿਆਂ ਦੀ ਪੀਆਰ ਤੱਕ ਪਹੁੰਚ ਯਕੀਨੀ ਬਣਾਉਣ ਲਈ ਸੰਸਦ ਦੇ ਹਿੰਟਲੇ ਸਦਨ ਵਿੱਚ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਸਿੱਖ ਐਮਪੀ ਰਣਦੀਪ ਸਰਾਏ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਤੇ ਹਾਊਸ ਆਫ ਕਾਮਨਸ ਵਿੱਚ ਸਹਿਮਤੀ ਬਣ ਗਈ ਹੈ ਸ਼੍ਰੀ ਸੈਂਟਰ ਤੋਂ ਐਮਪੀ ਰਣਦੀਪ ਸਿੰਘ ਸਰਾਏ ਨੇ ਕੱਚੇ ਵਿਦੇਸ਼ੀ ਕਾਮਿਆਂ ਦੀ ਕੈਨੇਡਾ ਦੀ ਪਾਮਨੈਂਟ ਰੈ residency ਤੱਕ ਪਹੁੰਚ ਯਕੀਨੀ ਬਣਾਉਣ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ ਐਮ 44 ਨਾਮ ਮਤਾ ਪੇਸ਼ ਕੀਤਾ ਜਿਸ ਤੇ ਹਾਊਸ ਆਫ ਕਾਮਨਸ ਨੇ ਥੋੜੀ ਬਹਿਸ ਮਗਰੋਂ ਸਹਿਮਤੀ ਦੀ ਮੋਹਰ ਲਗਾ ਦਿੱਤੀ ਹੈ ब्रंटो ਤੋਂ ਅੰਮ੍ਰਿਤਸਰ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋ ਸਕਦੀ ਹੈ ਕਿਉਂਕਿ ਬ੍ਰੈਂਪਟਨ ਨਾਰਥ ਤੋਂ ਐਮਪੀ ਰੂਬੀ ਸੋਹਾਤਾ ਨੇ ਕੈਨੇਡਾ ਦੀ ਸੰਸਦ ਵਿੱਚ ਇਹ ਮੁੱਦਾ ਚੁੱਕਿਆ। ਉਹਨਾਂ ਨੇ ਕੈਨੇਡਾ ਤੋਂ ਭਾਰਤ ਖਾਸ ਤੌਰ ਤੇ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਬ੍ਰੈਂਪਟਨ ਨਾਰਥ ਤੋਂ ਲਿਬਰਲ ਐਮਪੀ ਰੂਬੀ ਸੋਹਾਤਾ ਨੇ ਹਾਊਸ ਆਫ ਕਾਮਨਸ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਹਾਲਕੇ ਬ੍ਰੈਂਪਟਨ ਨਾਰਥ ਅਤੇ ਕੈਨੇਡਾ ਭਾਰ ਵਿੱਚ ਵਸਦੇ ਪੰਜਾਬੀ ਕੈਨੇਡੀਅਨ ਲੰਬੇ ਚਿਰ ਤੋਂ ਹੀ ਮੰਗ ਕਰਦੇ ਆ ਰਹੇ ਨੇ ਕਿ ਕੈਨੇਡਾ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਵੱਲੋਂ ਖਾਸ ਤੌਰ ਤੇ ਟੋਰਾਂਟੋ ਅਤੇ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਹਫ਼ਤੇ ਵੀ ਖਬਰਾਂ ਆਈਆਂ ਸੀ ਕਿ ਹੋ ਸਕਦਾ ਹੈ ਜਲਦ ਇਹ ਉਡਾਣਾਂ ਸ਼ੁਰੂ ਵੀ ਕਰ ਦਿੱਤੀਆਂ ਜਾਣ ਏਅਰ ਕੈਨੇਡਾ ਜਿਸ ਦਾ ਭਾਰਤੀ ਸਫਰ ਪਹਿਲਾਂ ਹੀ ਮਹਿੰਗਾ ਹੈ ਹੁਣ ਇਹ ਏਅਰਲਾਈਨ ਆਉਣ ਵਾਲੇ ਸਮੇਂ ਵਿੱਚ ਆਪਣਾ ਕਿਰਾਇਆ ਹੋਰ ਵਧਾ ਸਕਦੀ ਹੈ ਕਰੋਨਾ ਕਾਲ ਦੌਰਾਨ ਕੈਨੇਡਾ ਏਅਰਲਾਈਨ 1 ਲੱਖ ਡਾਲਰ ਦੇ ਘਾਟੇ ਵਿੱਚ ਸੀ ਪਰ ਹਾਲਾਤ ਠੀਕ ਹੋਣ ਤੋਂ ਬਾਅਦ ਉਸ ਦੀ ਕਮਾਈ ਵਿੱਚ ਵਾਧਾ ਹੋਇਆ ਹੈ ਪਤਾ ਲੱਗਾ ਹੈ ਕਿ ਏਅਰਲਾਈਨ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਇਹ ਸਫਰ ਦਾ ਕਿਰਾਇਆ ਹੋਰ ਵਧਾ ਰਹੇ ਨੇ ਤੇ ਇਹ ਵਾਅਦਾ ਜੁਲਾਈ ਦੇ ਪਹਿਲੇ ਹਫਤੇ ਵਿੱਚ ਸ਼ੁਰੂ ਹੋ ਜਾਏਗਾ ਖਬਰ ਅਨੁਸਾਰ 200 ਤੋਂ 300 ਡਾਲਰ ਇੱਕ ਟਿਕਟ ਤੇ ਸਫ਼ਰ ਦੇ ਹਿਸਾਬ ਨਾਲ ਵਾਅਦਾ ਹੋ ਸਕਦਾ ਹੈ ਕਈ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ 에어 ਕੈਨੇਡਾ ਨਾਲ ਗੱਲ ਕਰਕੇ ਇਸ ਵਾਅਦੇ ਨੂੰ ਰੋਕਾਣ ਕਿਉਂਕਿ ਲੋਕ ਪਹਿਲਾਂ ਹੀ ਭਾਰੀ ਕਿਰਾਇਆ ਖਰਚ ਕਰਕੇ ਸਫ਼ਰ ਕਰਦੇ ਨੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਲੋਰੀਂਦੀ ਟੈਸਟ ਫਲਾਈਟ ਨੂੰ ਵੀ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਜੈਟ ਏਅਰਵੇਜ਼ ਨੇ ਵੀਰਵਾਰ ਨੂੰ ਹైదరాబాద్ ਹਵਾਈ ਅੱਡੇ ਤੋਂ ਟੈਸਟ ਫਲਾਈਟ ਚਲਾਈ ਬਾਕੀ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ 에ਅਰਲਾਈਨ ਅਗਲੇ ਕੁਝ ਮਹੀਨਿਆਂ ਵਿੱਚ ਵਪਾਰਕ ਉਡਾਣਾਂ ਸ਼ੁਰੂ ਕਰਨ ਦੇ ਯੋਗ ਹੋ ਜਾਏਗੀ ਜ਼ਲਾਨ ਕਲਾਰਕ ਕਨਸਟੋਰੀਅਮ ਇਸ ਸਮੇਂ ਜੈਟ ਏਅਰਵੇਜ਼ ਦਾ ਪ੍ਰਮੋਟਰ ਹੈ ਪਹਿਲਾਂ ਇਹ ਕੰਪਨੀ ਨਰੇਸ਼ ਕੋਇਲ ਦੀ ਸੀ ਜੈਟ ਏਅਰਵੇਜ਼ ਨੇ 17 ਅਪ੍ਰੈਲ 2019 ਤੋਂ ਸੰਚਾਲਨ ਬੰਦ ਕਰ ਦਿੱਤਾ ਸੀ ਸ਼ਹਿਰੀ ਹਵਾਵਾਜ਼ੀ ਮੰਤਰਾਲਾ ਵੱਲੋਂ ਛੇ ਮਈ ਨੂੰ 에어ਲਾਈਨ ਨੂੰ ਭੇਜੇ ਪੱਤਰ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਗਈ ਸੀ ਇਹ ਪੱਤਰ ਹਵਾਵਾਦੀ ਸੁਰੱਖਿਆ ਰੈਗੂਲੇਟਰ ਡੀਜੀਸੀਏ ਤੇ ਹਵਾਵਾਦੀ ਸੁਰੱਖਿਆ ਰੈਗੂਲੇਟਰ ਬੀਸੀਏਐਸ ਨੂੰ ਵੀ ਭੇਜਿਆ ਗਿਆ ਹੈ ਸਫਲ ਪ੍ਰੀਖਣ ਉਡਾਣ ਤੋਂ ਬਾਅਦ 에어ਲਾਈਨ ਨੂੰ ਹੁਣ ਸਾਬਤ ਕਰਨ ਵਾਲੀ ਉਡਾਣ ਦਾ ਸੰਚਾਲਨ ਕਰਨਾ ਹੋਏਗਾ ਜਿਸ ਤੋਂ ਬਾਅਦ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ 에어 ਆਪਰੇਟਰ ਸਰਟੀਫਿਕੇਟ ਦੇਗਾ ਸਾਬਤ ਕਰਨ ਵਾਲੀਆਂ ਉਡਾਣਾਂ ਵਪਾਰਕ ਉਡਾਣਾਂ ਦੇ ਸਮਾਨ ਹਨ ਹਾਲਾਂਕਿ ਡੀਜੀਸੀਏ ਅਤੇ 에어ਲਾਈਨ ਅਧਿਕਾਰੀ ਇਸ ਵਿੱਚ ਯਾਤਰੀ ਬਣ ਕੇ ਬੈਠਦੇ ਨੇ ਇਸ ਫਲਾਈਟ ਵਿੱਚ ਇੱਕ ਕੈਬਨ ਕਰੂ ਵੀ ਹੈ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਰਿਣਦਾਤਿਆਂ ਦੇ ਸੰਗ ਨੇ 8000 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਦੀ ਵਸੂਲੀ ਲਈ ਜੂਨ 2019 ਵਿੱਚ ਇੱਕ ਦਿਵਾਲੀਆ ਪਟੀਸ਼ਨ ਦਾਇਰ ਕੀਤੀ ਸੀ ਅਕਤੂਬਰ 2020 ਵਿੱਚ 에어ਲਾਈਨ ਦੀ ਕਰਜ਼ਦਾਰ ਕਮੇਟੀ ਨੇ ਰੈਜ਼ੋਲਿਊਸ਼ਨ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ ਇਸ ਸਕੀਮ ਯੂਕੇ ਅਧਾਰਿਤ ਕਲਾਰਾ ਕੈਪੀਟਲ ਤੇ ਯੂ ਇਹ ਅਦਾਰਤ ਦੀ ਉਗਪਤੀ ਮੁਰਾਰੀ لال ਜਲਾਲਨ ਦੇ ਇੱਕ ਸੰਘ ਦੁਆਰਾ ਪੇਸ਼ ਕੀਤੀ ਗਈ ਸੀ ਇਸ ਰੈਜ਼ੋਲਿਊਸ਼ਨ ਪਲਾਨ ਨੂੰ ਜੂਨ 2001 ਵਿੱਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ ਵੀ ਮਨਜ਼ੂਰੀ ਦਿੱਤੀ ਸੀ ਅੰਮ੍ਰਿਤਸਰ ਸਾਹਿਬ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਦੋਹਾਂ ਦੇਸ਼ਾਂ ਤੋਂ ਆਉਣ ਜਾਣ ਵਾਲੇ ਸਲਾਨੀਆਂ ਨੂੰ ਜਿੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਕਾਰੋਬਾਰ ਦੀ ਖਾਤਰ ਇਟਲੀ ਗਏ ਬਹੁਤ ਸਾਰੇ ਪੰਜਾਬੀ ਵੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ ਕਰੋਨਾ ਕਾਲ ਦੌਰਾਨ ਸ਼ੁਰੂ ਹੋਈਆਂ ਐਮਰਜੈਂਸੀ ਉਡਾਣਾਂ ਦੇ ਬੰਦ ਹੋਣ ਤੋਂ ਬਾਅਦ ਹੁਣ ਰੋਮ ਤੇ ਮਿਲਾਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਬਣੀ ਪਈ ਹੈ ਕਾਫੀ ਸਮਾਂ ਪਹਿਲਾਂ 에ਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਰੋਮ ਜਾਣ ਵਾਲੀ ਫਲਾਈਟ ਦੇ ਬੰਦ ਹੋਣ ਨਾਲ ਸਿੱਖ ਤੇ ਅਸਾਈ ਧਰਮ ਨਾਲ ਸੰਬੰਧਿਤ ਦੁਨੀਆ ਦੇ ਦੋ ਇਤਿਹਾਸਕ ਸ਼ਾਇਰਾਂ ਦਾ ਸਿੱਧਾ ਲਿੰਕ ਟੁੱਟਣ ਨਾਲ ਆਰਥਿਕ ਪੱਖੋਂ ਵੀ ਦੋਹਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਹੈ ਇਟਲੀ ਰਹਿਣ ਵਾਲੇ ਬਹੁਤ ਸਾਰੇ ਭਾਰਤੀਆਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਪਿਆਰ ਤੇ ਵਪਾਰ ਨੂੰ ਵਧਾਉਣ ਲਈ ਅੰਮ੍ਰਿਤਸਰ ਤੋਂ ਰੋਮ ਤੇ ਮਿਲਾਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਟਲੀ ਯੂਰਪ ਦਾ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਬੜੀ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਨੇ ਜੋ ਅਕਸਰ ਆਪਣੇ ਦੇਸ਼ ਆਉਣ ਲਈ ਦੂਜੇ ਦੇਸ਼ਾਂ ਰਾਹੀਂ ਜਾਂਦੇ ਨੇ ਅਜਿਹੇ ਵਿੱਚ ਜੇ ਇਟਲੀ ਦੇ ਵੱਡੇ ਸ਼ਹਿਰਾਂ ਰੋਮ ਤੇ ਮਿਲਾਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੁੰਦੀ ਹੈ ਤਾਂ ਯਾਤਰੀਆਂ ਨੂੰ ਆਉਣ ਜਾਣ ਵਿੱਚ ਆਸਾਨੀ ਹੋ ਸਕਦੀ ਹੈ ਕਰੀਬ ਸਵਾ ਦੋ ਸਾਲ ਪਹਿਲਾਂ ਕੋਵਿਡ-19 ਕਾਰਨ ਬੰਦ ਕੀਤੀਆਂ ਗਈਆਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਨੂੰ ਸਥਾਨਕ ਸਰਕਾਰ ਵੱਲੋਂ ਭਾਵੇਂ ਪੜਾਅ ਦਰ ਪੜਾਅ ਖੋਲਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਚੌਥੇ ਪੜਾਅ ਤਹਿਤ 31 ਜੁਲਾਈ ਅਤੇ ਪੰਜਵੇਂ ਪੜਾਅ ਵਿੱਚ ਅਕਤੂਬਰ ਚ ਸਰਹੱਦਾਂ ਨੂੰ ਖੋਲਿਆ ਜਾਣਾ ਸੀ ਪਰ ਪ੍ਰਧਾਨ ਮੰਤਰੀ ਜਸਿੰڈا ਆਰਡਰ ਨੇ ਇਸ ਹਫਤੇ ਐਲਾਨ ਕਰਦਿਆਂ 31 ਜੁਲਾਈ ਤੋਂ ਹੀ ਦੇਸ਼ ਦੀਆਂ ਸਰਹੱਦਾਂ ਤੇ ਲਗਾਈ ਪਾਬੰਦੀ ਖਤਮ ਕਰਕੇ ਹਰੇਕ ਕਿਸਮ ਦੇ ਵੀਜ਼ਾ ਧਾਰਕ ਲਈ ਸਰਹੱਦਾਂ ਨੂੰ ਖੋਲ੍ਹ ਦਿੱਤਾ ਹੈ ਜਿਸ ਤਹਿਤ ਹੁਣ 31 ਜੁਲਾਈ ਤੋਂ ਵਿਦਿਆਰਥੀ ਸੈਲਾਨੀ ਵਾਕ ਵੀਜ਼ਾ 파ਟਨਰ ਵੀਜ਼ਾ ਧਾਰਕ ਆਦਿ ਦੇਸ਼ ਵਿੱਚ داخل ਹੋ ਸਕਣਗੇ کاروبਾਰੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਨਵੀਂ ਇਮੀਗ੍ਰੇਸ਼ਨ ਨੀਤੀ ਸੰਬੰਧੀ ਕੀਤੇ ਐਲਾਨ ਵਿੱਚ ਸਰਕਾਰ ਨੇ ਇਸ ਨੂੰ ਤੇਜ਼ ਤੇ ਆਸਾਨ ਕਰਨ ਦੀ ਗੱਲ ਕਹੀ ਹੈ ਉਹਨਾਂ 85 ਸ਼੍ਰੇਣੀਆਂ ਜਿਨ੍ਹਾਂ ਨੂੰ ਗ੍ਰੀਨ ਲਿਸਟ ਵਿੱਚ ਰੱਖਿਆ ਗਿਆ ਹੈ ਨੂੰ ਪਾਥਵੇ ਟੂ ਰੈਜ਼ੀਡੈਂਸੀ ਚ ਪਹਿਲ ਦੇ ਆਧਾਰ ਤੇ ਸ਼ਾਮਿਲ ਕੀਤਾ ਜਾਏਗਾ ਦੂਜੇ ਪਾਸੇ ਲੰਬੇ ਸਮੇਂ ਤੋਂ ਮਾਪਿਆਂ ਦੀ ਸ਼੍ਰੇਣੀ ਬਾਰੇ ਕਿਸੇ ਐਲਾਨ ਨੂੰ ਉਡੀਕਣ ਵਾਲਿਆਂ ਨੂੰ ਵੀ ਨਿਰਾਸ਼ ਹੋਣਾ ਪਿਆ ਤੇ ਆਫਸੋਰ ਵੀਜ਼ਿਆਂ ਦੀ ਮਿਆਦ ਖਤਮ ਕਰ ਚੁੱਕੇ ਵੀਜ਼ਾ ਧਾਰਕਾਂ ਬਾਰੇ ਵੀ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ। ਪਰਿਵਾਰ ਦਾ ਪੇਟ ਭਰਨ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਇਸ ਹਫਤੇ ਇਸ ਸੰਬੰਧੀ ਆਈ ਖਬਰ ਤੋਂ ਬਾਅਦ ਪਰਿਵਾਰ ਵਿੱਚ ਗਮਗੀਨ ਮਾਹੌਲ ਹੋ ਗਿਆ ਜ਼ਿਕਰ ਯੋਗ ਹੈ ਕਿ ਮ੍ਰਿਤਕ ਸਾਲ 2019 ਵਿੱਚ ਬ੍ਰਾਜ਼ੀਲ ਗਿਆ ਸੀ ਜਿਸ ਦੀ ਅਮਰੀਕਾ ਜਾਣ ਲਈ ਜੰਗਲ ਪਾਰ ਕਰਦੇ ਸਮੇਂ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਉਰਫ ਲਬਲੀ ਪੁੱਤਰ ਹਰਵੰਤ ਸਿੰਘ ਬਾਸੀ ਰੋਹੀ ਕੰਡਾ ਨੇੜੇ ਬਗੀਚੀ ਮੰਦਰ ਤਰਨਤਾਰਨ ਜੋ 2019 ਦੌਰਾਨ ਆਪਣੇ ਪਰਿਵਾਰ ਦਾ ਪੇਟ ਭਰਨ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਬ੍ਰਾਜ਼ੀਲ ਦੇਸ਼ ਗਿਆ ਸੀ ਜਿੱਥੇ ਮਿਹਨਤ ਮਜ਼ਦੂਰੀ ਕਰਦੇ ਹੋਏ ਪਰਿਵਾਰ ਦਾ ਗੁਜ਼ਾਰਾ ਹੋਣ ਲੱਗ ਪਿਆ ਬਿੱਤੇ ਕੁਝ ਦਿਨ ਪਹਿਲਾਂ ਸਤਿੰਦਰ ਸਿੰਘ ਆਪਣੇ ਕੁਝ ਹੋਰ ਸਾਥੀਆਂ ਨਾਲ ਜੰਗਲ ਰਸਤਾ ਪਾਰ ਕਰਦੇ ਹੋਏ ਅਮਰੀਕਾ ਜਾਣ ਲਈ ਜੰਗਲ ਦੇ ਰਸਤੇ ਪੈਦਲ ਰਵਾਨਾ ਹੋਇਆ ਜਿਸ ਤਰ੍ਹਾਂ ਉਸਦੀ ਰਸਤੇ ਸਿਹਤ ਖਰਾਬ ਹੋ ਗਈ ਮੌਕੇ ਤੇ ਸਿਹਤ ਸਹੂਲਤ ਨਾ ਮਿਲਣ ਕਾਰਨ ਉਹ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ ਜਤਿੰਦਰ ਸਿੰਘ ਦੀ ਮੌਤ ਸੰਬੰਧੀ ਖਬਰ ਉਸਦੇ ਸਾਥੀਆਂ ਵੱਲੋਂ ਪਰਿਵਾਰ ਨੂੰ ਇਸ ਹਫਤੇ ਮੰਗਲਵਾਰ ਰਾਤ ਦਿੱਤੀ ਗਈ ਸੀ ਅਮਰੀਕਾ ਮੈਕਸੀਕੋ ਸਰਹੱਦ ਦੇ ਨਾਲ ਡੈਲ ਰਿਓ ਕਮਾਂਤਰੀ ਪੁਲ ਦੇ ਪੱਛਮ ਵਿੱਚ ਤਕਰੀਬਨ 1 ਕਿਲੋਮੀਟਰ ਦੂਰੀਓ ਗ੍ਰਾਂਡ ਦਰਿਆ ਪਾਰ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਅੰਗਲੋਆ ਦੇ ਵਸਨੀਕ ਪਤੀ ਪਤਨੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਇਸ ਹਫਤੇ ਲੈ ਲਿਆ ਜਦਕਿ ਉਹਨਾਂ ਦੇ ਦੋ ਪੁੱਤਰ ਦਰਿਆ ਵਿੱਚ ਡੁੱਬ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਸੀ ਇਹ ਜਾਣਕਾਰੀ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਪਤੀ ਪਤਨੀ ਨੇ ਦੱਸਿਆ ਕਿ ਦਰਿਆ ਪਾਰ ਕਰਨ ਦੀ ਕੋਸ਼ਿਸ਼ ਵਿੱਚ ਰੁੜੇ ਉਹਨਾਂ ਦੇ ਦੋ ਪੁੱਤਰਾਂ ਦੀ ਉਮਰ 7 ਤੇ 9 ਸਾਲ ਹੈ ਅਮਰੀਕਾ ਚ ਬੀਰੋ ਟੋਰੀਕੋ ਨੇੜੇ ਇੱਕ ਟਾਪੂ ਤੇ ਉੱਤਰ ਪੱਛਮ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 38 ਹੋਰਾਂ ਨੂੰ ਬਚਾ ਲਿਆ ਗਿਆ ਅਮਰੀਕੀ ਕੋਸਟ ਗਾਰਡ ਕਿਸ਼ਤੀ ਜਹਾਜ਼ ਅਤੇ ਹੈਲੀਕਾਪਟਰ ਰਾਹੀਂ ਕਿਸ਼ਤੀ ਵਿੱਚ ਸਵਾਰ ਹੋਰ ਲੋਕਾਂ ਦੀ ਭਾਲ ਵਿੱਚ ਸ਼ੁੱਕਰਵਾਰ ਨੂੰ ਜੁਟੇ ਰਹੇ ਖਦਸ਼ਾ ਹੈ ਕਿ ਕਿਸ਼ਤੇ ਵਿੱਚ ਪ੍ਰਵਾਸੀ ਸਵਾਰ ਸਨ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਇੱਕ ਹੈਲੀਕਾਪਟਰ ਨੇ ਪਾਣੀ ਵਾਲੇ ਖੇਤਰ ਚ ਪਲਟੀ ਕਿਸ਼ਤੇ ਦਾ ਵੀਰਵਾਰ ਨੂੰ ਪਤਾ ਲਗਾਇਆ ਸੀ ਡੇਸ ਚੋ ਟਾਪੂ ਦੇ ਉੱਤਰ ਵਿੱਚ 18 ਕਿਲੋਮੀਟਰ ਦੇ ਦਾਇਰੇ ਚ ਬਚਾਅ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਗਿਆ ਇਸ ਟਾਪੂ ਤੇ ਲੋਕ ਨਹੀਂ ਰਹਿੰਦੇ ਨੇ ਅਮਰੀਕੀ ਕੋਸਟ ਗਾਰਡ ਦੇ ਬੁਲਾਰੇ ਰିକਾਰਡੋ ਕਾਸਟਰੋ ਡੈਡ ਨੇ ਦੱਸਿਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਮਚਾਰੀਆਂ ਨੇ ਰਾਤ ਭਰ ਕੰਮ ਕੀਤਾ ਹੈ ਕਿਸ਼ਤੇ ਵਿੱਚ ਵਾਰ ਲੋਕਾਂ ਦੀ ਸਹੀ ਗਿਣਤੀ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਉਹਨਾਂ ਨੇ ਕਿਹਾ ਕਿ ਬਚਾਇਆ ਗਿਆ 38 ਲੋਕਾਂ 'ਚੋਂ 36 ਹੈਤੀ ਦੇ ਹਨ ਜਦਕਿ ਦੋ ਡੋਮਨିକਲ ਗਨਰਾਜਤੇ ਨੇ ਹੈਤੀ ਦੇ ਘੱਟੋ-ਘੱਟ 8 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਕਿਸ਼ਤੇ ਵਿੱਚ ਸਵਾਰ ਸਾਰੇ ਲੋਕ ਕਿਸ ਦੇਸ਼ ਤੇ ਨੇ ਇਸ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਇਸ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਅਪਡੇਟ ਬਰुण ਕੌਰ ਮਾਨ ਨੂੰ ਦਿਵਾਕਿਆ ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ ਪੂਰੇ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਪ੍ਰੋਗਰਾਮ ਵੀਕਲੀ ਇਮੀਗ੍ਰੇਸ਼ਨ ਅਪਡੇਟ ਦੇ ਵਿੱਚ ਲੈ ਕੇ ਹੁਣ ਬਰुण ਕੌਰ ਮਾਨ ਨੂੰ ਦੇ ਦਿਓ ਆਗਿਆ ਤੁਸੀਂ دیکھتے ਰਹੋ ਪੰਜਾਬ ਮੇਲੀ ਵੈਸੇ ਟੀਵੀ ਸਾਸ਼ਟ੍ਰੀਆ ਕਾਲ